ਪਾਠ ਪਹਿਲਾ ਮਾਂ ਬੋਲੀ ਪੰਜਾਬੀ ਉਦੇਸ਼ ਆਪਣੀ ਮਾਂ ਬੋਲੀ ਪ੍ਰਤੀ ਪਿਆਰ ਪੈਦਾ ਕਰਨਾ ਮਾਂ ਬੋਲੀ ਪੰਜਾਬੀ ਸਾਡੀ ਇਸ ਤੋਂ ਵਾਰੇ ਜਾਈਏ ਦੇਸ਼ ਆਪਣੇ ਅੰਦਰ ਵੀ ਤੇ ਬਾਹਰ ਵੀ ਨਾ ਚਮਕਾਈਏ ਬੋਲੀਆਂ ਭਾਵੇਂ 100 ਸਿੱਖ ਲਈਏ ਵਾਰੇ ਬਸ ਇਸ ਤੇ ਜਾਈਏ ਸਭ ਤੋਂ ਅੱਗੇ ਰੱਖੀਏ ਇਸ ਨੂੰ ਹਰ ਥਾਂ ਮਾਣ ਦਵਾਈਏ ਜਿਹੜੀ ਮਾਂ ਤੋਂ ਸਿੱਖੀ ਹੈ ਏ ਮਾਣ ਉਹਦਾ ਵੀ ਕਰੀਏ ਰੱਬ ਤੋਂ ਬਾਅਦ ਹੈ ਰੁਤਬਾ ਇਸ ਦਾ ਇਬਾਦਤ ਉਹਦੀ ਵੀ ਕਰੀਏ ਇਸ ਦੇ ਵਿੱਚ ਹੀ ਪਾਈਏ ਬੋਲੀਆਂ ਇਸ ਦੇ ਵਿੱਚ ਹੀ ਗਾਈਏ ਰਿਸ਼ਤੇ ਪਿਆਰ ਦੇ ਬੰਨੀ ਬੈਠੀ ਇਸ ਸੋਚ ਉਡਾਰੀ ਨੂੰ ਖੰਬ ਲਾਈਏ ਜਿੱਥੇ ਇਹ ਸਭ ਪਾਸੇ ਸੁੰਦਰਤਾ ਦਾ ਗੋਟਾ ਲਾਉਂਦੀ ਉੱਥੇ ਹੀ ਇਹ ਨਾਲ ਆਤਮਾ ਗੱਲਾਂ ਕਰਨਾ ਸਿਖਾਉਂਦੀ ਗੁਰੂਆਂ ਪੀਰਾਂ ਦੀ ਇਹ ਬੋਲੀ ਪਿੱਛੇ ਕੀ ਇਹ ਰਹਿਣੀ ਇਸ ਵਿੱਚ ਹੀ ਹਨ ਕਿੱਸੇ ਲਿਖੇ ਇਸ ਵਿੱਚ ਹੀ ਗੁਰਬਾਣੀ ਤਪਦੇ ਹਿਰਦੇ ਬਾਰਿਸ਼ ਵਾਂਗੂ ਆਪਣੇ ਨਾਲ ਹੈ ਠਾਰੇ ਰੋਮ ਰੋਮ ਵਿੱਚੋਂ ਕਰਦੇ ਹਨ ਸਨਮਾਨ ਇਸ ਦਾ ਸਾਰੇ ਕਿੱਸੇ ਕਾਰਾਂ ਨੇ ਵੀ ਇਹਦੀ ਖੁਸ਼ਬੂ ਰਜ ਰਜ ਕੇ ਹੈ ਮਾਣੀ ਭਗਤਾਂ ਸੂਫੀਆਂ ਦੀ ਵੀ ਇਹ ਹੈ ਦਿਲਾਂ ਦੀ ਰਾਣੀ ਸਾਰੀ ਦੁਨੀਆਂ ਵਿੱਚ ਹੈ ਇਸਨੇ ਆਪਣੀ ਤਾਂਕ ਜਮਾਈ ਮਿਠਾਸ ਆਪਣੀ ਦੇ ਨਾਲ ਇਸਨੇ ਖੁਸ਼ਬੂ ਹੈ ਫੈਲਾਈ ਹਰ ਕੋਈ ਗਿੱਧੇ ਭੰਗੜੇ ਪਾਏ ਇਸ ਵਿੱਚ ਗੀਤ ਸੁਰੀਲੇ ਗਾਵੇ ਮਾਣ ਹੈ ਇਹ ਪੰਜਾਬ ਮੇਰੇ ਦਾ ਸਭ ਨੂੰ ਇਹ ਸਮਝਾਵੇ ਕੀ ਸਿੱਖਿਆ ਆਪਣੀ ਮਾਂ ਬੋਲੀ ਪ੍ਰਤੀ ਪਿਆਰ ਪੈਦਾ ਕਰਨਾ